ਤਾਂ ਹੈਲੋ ਬੱਚੋ ਤੁਹਾਡਾ ਸਭ ਨੂੰ ਸਤਿ ਸ਼੍ਰੀ ਅਕਾਲ ਤੁਹਾਡਾ ਸਭ ਦਾ ਸਵਾਗਤ ਹੈ ਇਲੈਕਟ੍ਰਿਕ ਇੰਗਲਿਸ਼ ਦੇ ਇਸ ਚੈਨਲ ਤੇ ਹੈਲੋ एवरीवन ਵੈਲਕਮ ਟੂ ਇਲੈਕਟ੍ਰਿਕ ਇੰਗਲਿਸ਼ ਆਈ ਐਮ ਪਿਊਸ਼ ਜਿੰਦਲ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਇੱਕ ਨਵੀਂ ਅਨਾਉਂਸਮੈਂਟ ਕਰਾਂਗੇ ਦੇਖੋ ਸਟੂਡੈਂਟਸ ਨੂੰ ਮੈਥਸ ਦੀ ਬਹੁਤ ਜ਼ਿਆਦਾ ਦਿੱਕਤ ਆਉਂਦੀ ਹੈ ਰੈਗੂਲਰ ਪ੍ਰੈਕਟਿਸ ਨਹੀਂ ਹੋ ਪਾਉਂਦੀ ਤਾਂ ਉਹਦਾ ਇੱਕ ਆਪਾਂ ਸਮਾਧਾਨ ਲੈ ਕੇ ਆਏ ਆਪਾਂ ਅੱਜ ਕੋਈ ਵੀ ਤੁਸੀਂ ਐਗਜ਼ਾਮ ਟਾਰਗੇਟ ਕੀਤਾ ਚਾਹੇ ਤੁਸੀਂ ਐਕਸਾਈਜ਼ ਟਾਰਗੇਟ ਕੀਤਾ ਚਾਹੇ ਤੁਸੀਂ PSSB ਕਲਰਕ ਟਾਰਗੇਟ ਕੀਤਾ ਵੀਡੀਓ ਪਟਵਾਰੀ ਹਾਈ ਕੋਰਟ ਸਬ ਇੰਸਪੈਕਟਰ ਕਾਂਸਟੇਬਲ ਨੈਬ ਜਾਂ ਫਿਰ ਪੰਜਾਬ ਦਾ ਹੋਰ ਕੋਈ ਵੀ ਐਗਜ਼ਾਮ ਹੈ ਹੈ ਨਾ ਤਾਂ ਉਹ ਸਾਰੇ ਐਗਜ਼ਾਮ ਕਵਰ ਹੋਣਗੇ ਜੀ ਜੋ ਵੀ ਅਸੀਂ ਅਨਾਊਂਸਮੈਂਟ ਕਰਨ ਜਾ ਰਹੇ ਹਾਂ ਇਸ ਤੋਂ ਪਹਿਲਾਂ ਜਿਵੇਂ ਕਿ ਤੁਹਾਨੂੰ ਸਭ ਨੂੰ ਪਤਾ ਹੈ ਕਿ ਵੋਕੈਬਲਰੀ ਸ਼ਾਰਟ ਸੀਰੀਜ਼ ਸ਼ੁਰੂ ਹੋ ਗਈ ਹੈ ਜੀ ਠੀਕ ਹੈ ਅੱਜ ਸੈਕਿੰਡ ਸੈਸ਼ਨ ਹੋ ਚੁੱਕਿਆ ਅਤੇ ਜਿਹੜੇ ਸਟੂਡੈਂਟਸ ਨੂੰ ਨਹੀਂ ਪਤਾ ਤਾਂ ਉਹ ਇਸ ਵੀਡੀਓ ਨੂੰ ਜ਼ਰੂਰ ਦੇਖਿਆ ਕਰਨ ਕਿਉਂਕਿ ਸ਼ਾਰਟ ਵੀਡੀਓ ਹੈ ਉਹਦੇ ਵਿੱਚ ਥੋੜ੍ਹੇ ਸਿਨੋਨੀਅਮਸ ਵੀ ਕਵਰ ਹੋ ਰਹੇ ਨੇ ਐਂਟੋਨੀਅਮਸ ਵੀ ਕਵਰ ਹੋ ਰਹੇ ਨੇ ਕੰਟੈਕਸਚੁਅਲ ਵੋਕੈਬ ਵੀ ਕਵਰ ਹੋ ਰਹੀ ਹੈ ਰੂਟ ਵਰਡਸ ਵੀ ਕਵਰ ਹੋ ਰਹੇ ਨੇ ਅੱਜ ਇੱਕ ਵਰਡ ਦੇ ਨਾਲ ਤੁਹਾਨੂੰ ਪੰਜ ਵਨ ਵਰਡ ਸਬਸਟੀਟਿਊਸ਼ਨ ਦੇ ਨਾਲ ਕਵਰ ਕਰਵਾਏ ਹੈ ਨਾ ਤਾਂ ਇਹ ਵੀ ਨਾਲ ਕਵਰ ਹੋ ਰਹੇ ਨੇ ਪਲੱਸ ਗ੍ਰਾਮੈਟੀਕਲ ਪ੍ਰੋਫਾਈਲ ਕੀ ਹੈ ਪਾਰਟਸ ਆਫ ਸਪੀਚ ਕੀ ਹੈ ਉਸ ਵਰਡ ਦਾ ਉਹ ਵੀ ਕਵਰ ਹੋ ਰਿਹਾ ਨਾਲ ਆਪਾਂ ਸੈਂਟੈਂਸ ਵੀ ਡਿਸਕਸ ਕਰਦੇ ਹਾਂ ਤਾਂ ਕੰਪਲੀਟ ਪੈਕੇਜ ਹੈ ਇਹ ਸੀਰੀਜ਼ ਸ਼ੁਰੂ ਹੋ ਚੁੱਕੀ ਹੈ ਹੁਣ ਇਸ ਤੋਂ ਬਾਅਦ ਗੱਲ ਕਰਦੇ ਹਾਂ ਮੈਥਸ ਦੀ ਹੈ ਨਾ ਮੈਥਸ ਦੀ ਜਿਵੇਂ ਤੁਹਾਨੂੰ ਕਿਹਾ ਵੀ ਮੈਥਸ ਦਾ ਪ੍ਰੈਕਟਿਸ ਬੈਚ ਸ਼ੁਰੂ ਹੋ ਰਿਹਾ ਤਾਂ ਮੈਥਸ ਜਿਹੜਾ ਪ੍ਰੈਕਟਿਸ ਬੈਚ ਸ਼ੁਰੂ ਹੋ ਰਿਹਾ ਉਹ ਨਵੀਂ ਫੈਕਲਟੀ ਦੁਆਰਾ ਸ਼ੁਰੂ ਹੋ ਰਿਹਾ ਜਿਨ੍ਹਾਂ ਦਾ ਨਾਮ ਹੈ ਚਿੰਨੂ ਗੁਪਤਾ ਆਪਾਂ ਹੁਣੇ ਬੁਲਾਵਾਂਗੇ ਉਹਨਾਂ ਨੂੰ ਸਟੇਜ 'ਤੇ ਅਤੇ ਉਹਨਾਂ ਬਾਰੇ ਥੋੜ੍ਹਾ ਜਿਹਾ ਮੈਂ ਤੁਹਾਨੂੰ ਦੱਸ ਦੇਣਾ ਜੀ IBPSPO ਕੁਆਲੀਫਾਈਡ ਹੈ ਐਂਡ ਕਲਰਕ ਵੀ ਕੁਆਲੀਫਾਈਡ ਹੈ ਅਤੇ ਪੰਜਾਬ ਫੂਡ ਸਪਲਾਈ ਦਾ ਪੇਪਰ ਹੋਇਆ ਸੀ 2014 ਦੇ ਵਿੱਚ ਦਸੰਬਰ ਦੇ ਵਿੱਚ ਹੋਇਆ ਸੀ ਅਤੇ ਉਹ ਮੈਨੂੰ ਹਜੇ ਵੀ ਯਾਦ ਹੈ ਉਦੋਂ ਪੂਰਾ ਚੰਡੀਗੜ੍ਹ ਜਾਮ ਹੋ ਗਿਆ ਸੀ ਠੀਕ ਹੈ ਇਸ ਪੇਪਰ ਕਾਰਨ ਤਾਂ ਇਹ ਪੇਪਰ ਵੀ ਕੁਆਲੀਫਾਈਡ ਹੈ ਐਂਡ 8 ਈਅਰਸ ਦਾ ਐਕਸਪੀਰੀਅੰਸ ਹੈ ਔਨਲਾਈਨ ਆਹ ਵਾਲੇ ਪਲੈਟਫਾਰਮ 'ਤੇ ਪੜ੍ਹਾਇਆ ਹੋਇਆ ਜੀ ਐਂਡ ਪੈਰਲਲੀ ਆਫਲਾਈਨ ਵੀ ਪੜ੍ਹਾਇਆ ਹੋਇਆ ਠੀਕ ਹੈ ਹੁਣ ਉਹ ਇਲੈਕਟ੍ਰਿਕ ਇੰਗਲਿਸ਼ ਦੇ ਨਾਲ ਜੁੜ ਗਏ ਨੇ ਅਤੇ ਤੁਹਾਨੂੰ ਯੂਟਿਊਬ 'ਤੇ ਫ੍ਰੀ ਆਫ ਚਾਰਜ ਪੜ੍ਹਾਉਣਗੇ ਸੋ ਆਪਾਂ ਇਨਵਾਈਟ ਕਰਦੇ ਹਾਂ ਮਿਸ ਚਿੰਨੂ ਗੁਪਤਾ ਆ ਜਾਓ ਮੈਮ ਥੈਂਕ ਯੂ ਸਰ ਤੁਸੀਂ ਮੈਨੂੰ ਕਾਲ ਕੀਤਾ ਥੈਂਕ ਯੂ ਸੋ ਮੱਚ ਮੈਨੂੰ ਮੌਕਾ ਦਿੱਤਾ ਇਲੈਕਟ੍ਰਿਕ ਇੰਗਲਿਸ਼ ਦੇ ਇਸ ਚੈਨਲ 'ਤੇ ਪੜ੍ਹਾਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਤਾਂ ਹੈਲੋ ਬੱਚੋ ਤੁਹਾਡਾ ਸਭ ਨੂੰ ਸਤਿ ਸ਼੍ਰੀ ਅਕਾਲ ਤੁਹਾਡਾ ਸਭ ਦਾ ਸਵਾਗਤ ਹੈ ਇਲੈਕਟ੍ਰਿਕ ਇੰਗਲਿਸ਼ ਦੇ ਇਸ ਚੈਨਲ 'ਤੇ ਅੱਜ ਤੋਂ ਆਪਾਂ ਹੁਣ ਆਉਣ ਵਾਲੇ ਮੰਗਲਵਾਰ ਤੋਂ ਜਾਣਾ ਕਿ 11 ਅਪ੍ਰੈਲ ਤੋਂ ਆਪਾਂ ਸ਼ੁਰੂ ਕਰਨ ਜਾ ਰਹੇ ਹਾਂ ਮੈਥ ਦੀ ਇੱਕ ਸੀਰੀਜ਼ ਜਿਹਦੇ ਵਿੱਚ ਆਪਾਂ ਮੈਥ ਦੇ ਕਨਸੈਪਟ ਪੜ੍ਹਾਂਗੇ ਬਹੁਤ ਸਾਰੇ ਪੁਰਾਣੇ ਕੁਐਸਚਨਸ ਪੜ੍ਹਾਂਗੇ ਠੀਕ ਹੈ ਜੀ ਜਿਵੇਂ ਆਪਾਂ ਜਿਵੇਂ ਕਿ ਸ਼ੁਰੂ ਕਰਨ ਜਾ ਰਹੇ 11 ਅਪ੍ਰੈਲ ਤੋਂ ਦਿਨ ਮੰਗਲਵਾਰ ਤੋਂ ਆਪਾਂ ਸ਼ੁਰੂ ਕਰਾਂਗੇ ਇਹਦੇ ਵਿੱਚ ਸਾਰੇ ਪੰਜਾਬ ਦੇ ਜਿਹੜੇ ਵੀ ਤੁਹਾਡੇ ਐਗਜ਼ਾਮ ਨੇ ਉਹਨਾਂ ਦੇ ਰਿਲੇਟਡ ਜਿੰਨੇ ਵੀ ਤੁਹਾਡੇ ਮੈਥ ਦੇ ਕੁਐਸਚਨ ਆਉਂਦੇ ਨੇ ਉਹਨਾਂ ਨੂੰ ਆਪਾਂ ਇੱਕ ਬੜੇ ਟ੍ਰਿਕੀ ਵੇ ਨਾਲ ਕਿ ਕਿਵੇਂ ਅਸੀਂ ਹੱਲ ਕਰ ਸਕਦੇ ਜਿਵੇਂ ਉਹਨੂੰ ਫਟਾਫਟ ਸੋਲਵ ਕਰਕੇ ਅਸੀਂ ਆਪਣਾ ਪੇਪਰ ਕਲੀਅਰ ਕਰ ਸਕਦੇ ਜ਼ਿਆਦਾ ਤੋਂ ਜ਼ਿਆਦਾ ਨੰਬਰ ਸਕੋਰ ਕਰ ਸਕਦੇ ਹਾਂ ਰੋਜ਼ ਇਹ ਲਾਈਵ ਹੋਏਗਾ ਫ੍ਰੀ ਬੈਚ ਹੋਏਗਾ ਕਿੰਨੇ ਵਜੇ ਹੋਏਗਾ ਰੋਜ਼ 1 ਵਜੇ ਹੋਏਗਾ ਯੂਟਿਊਬ 'ਤੇ ਤੁਹਾਨੂੰ ਇਹਦੇ ਲਈ ਕੋਈ ਐਪ ਡਾਊਨਲੋਡ ਕਰਨ ਦੀ ਲੋੜ ਨਹੀਂ ਹੈ ਇੱਕ ਫ੍ਰੀ ਬੈਚ ਹੈ 5 ਤੋਂ 6 ਦਿਨ ਸੋਮਵਾਰ ਤੋਂ ਸ਼ੁੱਕਰਵਾਰ ਤੱਕ ਚੱਲੇਗਾ 5 ਜਾਂ 6 ਦਿਨ ਜੇ ਤੁਹਾਡੀ ਡਿਮਾਂਡ ਹੋਏਗੀ ਤਾਂ ਹੋ ਸਕਦਾ 7 ਦਿਨ ਵੀ ਚੱਲੇ ਤਾਂ ਮਿਲਾਂਗੇ ਮੰਗਲਵਾਰ ਨੂੰ 11 ਅਪ੍ਰੈਲ ਨੂੰ 1 ਵਜੇ ਧੰਨਵਾਦ ਸੋ ਜਿਵੇਂ ਮੈਮ ਨੇ ਤੁਹਾਨੂੰ ਦੱਸਤਾ ਠੀਕ ਹੈ ਜਿਹੜਾ ਵੀ ਬੈਚ ਸ਼ੁਰੂ ਹੋ ਰਿਹਾ ਉਹ ਅਪਕਮਿੰਗ ਟਿਊਜ਼ਡੇ ਤੋਂ ਸ਼ੁਰੂ ਹੋਊਗਾ ਜੀ 1 ਵਜੇ ਡੇਲੀ ਕਲਾਸ ਹੋਏਗੀ ਐਂਡ ਤੁਹਾਡੀ ਡਿਮਾਂਡ ਦੇ ਅਕੋਰਡਿੰਗ ਜਿਹੜਾ ਹੋਊਗਾ ਬੈਚ ਚੱਲੇਗਾ 5 ਦਿਨ 6 ਦਿਨ 7 ਦਿਨ ਠੀਕ ਹੈ ਹੁਣ ਬੈਚ ਦੇ ਵਿੱਚ ਕੀ ਕੁਛ ਡਿਸਕਸ ਕਰਾਂਗੇ ਇਹ ਤੁਹਾਡੇ ਕਮੈਂਟਸ 'ਤੇ ਡਿਪੈਂਡ ਕਰੇਗਾ ਠੀਕ ਹੈ ਇੱਕ ਤਾਂ ਆਪਣੇ ਕੋਲ ਆਪਸ਼ਨ ਦੇਖੋ ਹੈ ਵਾਲੀ ਹੈਗੀ ਹੈ PYQ ਦੇ ਟੋਪ 100 ਕੁਐਸਚਨਸ ਜਿਵੇਂ ਕਿ ਤੁਹਾਨੂੰ ਪਤਾ PYQ ਬੁੱਕ ਹੈ ਨਾ ਇਹਦੇ ਵਿੱਚ ਮੈਥਮੈਟਿਕਸ ਦੇ ਲਗਭਗ 1414 ਕੁਐਸਚਨ ਨੇ ਇਹਦੇ ਵਿੱਚ ਟੋਪ 100 ਕੁਐਸਚਨ ਨੂੰ ਪਹਿਲਾਂ ਡਿਸਕਸ ਕਰਾਂਗੇ ਉਸ ਤੋਂ ਬਾਅਦ 'ਚ ਇਹ ਸਾਰੀਆਂ ਚੀਜ਼ਾਂ PSSB ਦੇ 21-22 ਦੇ ਪੇਪਰ PPSC ਦੇ ਸਪੈਸ਼ਲ ਨੈਬ ਦੇ ਲਈ ਜਿੰਨੇ ਵੀ ਹੁਣ ਤੱਕ ਪਿਛਲੇ 10 ਸਾਲਾਂ ਦੇ ਪੇਪਰ ਉਹਦੇ ਵਿੱਚ ਜਿਹੜੀ ਮੈਥਮੈਟਿਕਸ ਆਈ ਹੋਈ ਹੈ ਉਹ ਸਾਰੇ ਪੇਪਰ ਉਹ ਸਾਰੇ ਕੁਐਸਚਨਸ ਪਲੱਸ ਪੰਜਾਬ ਪੁਲਿਸ ਦੇ 2021 ਦੇ TCS ਦੇ ਜਿੰਨੇ ਵੀ ਕੁਐਸਚਨ ਨੇ ਜਾਂ ਤਾਂ ਇਹ ਵਾਲੀ ਸੀਰੀਜ਼ ਸ਼ੁਰੂ ਹੋਊਗੀ ਜੀ ਠੀਕ ਹੈ ਜਾਂ ਫਿਰ ਕੀ ਸ਼ੁਰੂ ਹੋ ਸਕਦਾ ਚੈਪਟਰ ਵਾਈਜ਼ ਕਿਉਂਕਿ ਦੋਵੇਂ ਚੀਜ਼ਾਂ ਇਕੱਠੀਆਂ ਨਹੀਂ ਚੱਲ ਸਕਦੀਆਂ ਦੇਖੋ ਆਪਾਂ ਚੈਪਟਰ ਵਾਈਜ਼ ਕੁਐਸਚਨਸ ਵੀ ਡਿਸਕਸ ਕਰਦੇ ਹਾਂ ਤਾਂ ਲਗਭਗ 18-19-20 ਚੈਪਟਰਸ ਨੇ ਅਤੇ ਇੱਕ ਚੈਪਟਰ ਦੇ ਵਿੱਚ ਆਪਾਂ ਘੱਟੋ ਘੱਟ 50-60-70 ਕੁਐਸਚਨ ਡਿਸਕਸ ਕਰਦੇ ਹਾਂ ਤਾਂ ਆਪਣੇ ਦੋ ਢਾਈ ਮਹੀਨੇ 3 ਮਹੀਨੇ ਇਹਦੇ ਵਿੱਚ ਹੀ ਨਿਕਲ ਜਾਣਗੇ ਫਿਰ ਇਹ ਨਹੀਂ ਹੋ ਪਾਊਗਾ ਅਗਰ ਤੁਸੀਂ ਮਿਕਸਡ ਪ੍ਰੈਕਟਿਸ ਕਰਨੀ ਹੈ ਤਾਂ ਤੁਸੀਂ ਕਮੈਂਟ ਕਰਨਾ ਹੈ ਮਿਕਸ ਅਗਰ ਤੁਸੀਂ ਚੈਪਟਰ ਵਾਈਜ਼ ਚਾਹੁੰਦੇ ਹੋ ਤਾਂ ਤੁਸੀਂ ਕਮੈਂਟ ਕਰਨਾ ਹੈ ਚੈਪਟਰ ਵਾਈਜ਼ ਤਾਂ ਜਿਹੜੇ ਕਮੈਂਟਸ ਜ਼ਿਆਦਾ ਹੋਣਗੇ ਸੰਡੇ ਨੂੰ ਸ਼ਾਮ ਤੱਕ ਚੈੱਕ ਕਰਾਂਗੇ ਉਸੇ ਅਕੋਰਡਿੰਗ ਨੈਕਸਟ ਡੇ ਉਹਦੇ 'ਤੇ ਥੋੜੀ ਕਲਾਸਿਸ ਸ਼ੁਰੂ ਹੋ ਜਾਣਗੀਆਂ ਠੀਕ ਹੈ ਜੀ ਆਈ ਹੋਪ ਕਿ ਤੁਹਾਨੂੰ ਸਾਰੀ ਚੀਜ਼ਾਂ ਸਮਝ ਆ ਗਈਆਂ ਹੋਣਗੀਆਂ ਐਂਡ ਕਲਾਸ ਦੁਆਰਾ ਦੱਸ ਦੇਣੇ ਜੀ 11 ਅਪ੍ਰੈਲ ਟਿਊਜ਼ਡੇ ਤੋਂ ਸ਼ੁਰੂ ਹੋਣਗੀਆਂ ਡੇਲੀ 1 ਵਜੇ ਕਲਾਸ ਹੋਏਗੀ ਇਸੇ ਯੂਟਿਊਬ ਚੈਨਲ 'ਤੇ ਹੋਏਗੀ ਤੁਸੀਂ ਬੈਚ ਨੂੰ ਜੁਆਇਨ ਕਰਨਾ ਚਾਹੁੰਦੇ ਹੋ ਤਾਂ ਸਬਸਕ੍ਰਾਈਬ ਕਰ ਸਕਦੇ ਹੋ ਐਂਡ ਵੀਡੀਓ ਨੂੰ ਲਾਈਕ ਕਰ ਸਕਦੇ ਹੋ ਧੰਨਵਾਦ